ਚੰਗੀਆਂ ਲੇਕਿਨ ਮਜ਼ਾ ਅਬ ਹਮਨੇ ਸਿਰਫ ਖੇਲਣਾ ਨਾਮ ਨਹੀਂ ਲੈਣਾ ਅਮਰੀਕਾ ਕਾ ਬਸ ਸਿਰਫ ਖੇਲਣਾ ਇਸਕੇ ਉਪਰ ਕਿ ਯੇ ਡੇਟ ਪਹਿਲੇ ਸੇ ਥੀ ਆਜ ਨਈ ਜੋ ਚੀਜ਼ ਆਏਗੀ ਨਾ ਕਿ ਵੋ ਜੋ ਲੈਟਰ ਮੈਂ ਸੋਚ ਰਿਹਾ ਤਾ ਸਾਈਫਰ ਕਾ ਏਕ ਮੀਟਿੰਗ ਮੇਰੇ ਖਿਆਲ ਹੈ ਕਰ ਲੈਤੇ ਹੈ ਦੇਖਾ ਅਗਰ ਆਪਕੋ ਯਾਦ ਹੋ ਨਾ ਤੋ ਉਸਮੇ ਆਖਰ ਮੇਂ ਉਸ ਐਂਬੈਸਡਰ ਨੇ ਲਿਖਾ ਹੁਆ ਥਾ ਕਿ ਡਿਮਾਂਡ ਜਮਾ ਹੈ ਤੋ ਡਿਮਾਂਡ ਨਹੀਂ ਵੀ ਦੇਣਾ ਲੇਕਿਨ ਇੱਕ ਇੰਟਰਨੈਟ ਮੀਟਿੰਗ ਮੈਂ ਜੋ ਮੈਂ ਰੱਖ ਬੜਾ ਸੋਚਿਆ ਇਸ ਕਿਉਂਕਿ ਮੈਂ ਆਪਨੇ ਕਹਾ ਕਿ ਸ਼ਾਇਦ ਇਹਨੇ ਉਠਾਇਆ ਨਾ ਫਿਰ ਮੈਂ ਸੋਚਿਆ ਕਿ ਨਾ ਹਾਊ ਟੂ ਕਵਰ ਆਲ ਦਿਸ ਇੱਕ ਮੀਟਿੰਗ ਕਰਦੇ ਸ਼ਾਮੂਦ ਕੁਰੇਸ਼ ਔਰ ਫੋਰਮ ਸੈਕਟਰੀ ਜੋ ਸ਼ਾਮੂਦ ਕੁਰੇਸ਼ ਕਹਿੰਦੇ ਕਿ ਉਹ ਲੈਟਰ ਪੜ੍ਹ ਕੇ ਸੁਣਾਏ ਤੋ ਜੋ ਵੀ ਸੁਣਾਏਗੇ ਨਾ ਮੇਰੇ ਪਾਸ ਕਾਪੀ ਹੈ ਉਹ ਨਹੀਂ ਬਦਲਦੇ ਵੋ ਮੈਂ ਮਿਨਟਸ ਮੈਂ ਕਰ ਲੂੰਗਾ ਕਿ ਫੋਰਮ ਮਿਨਿਸਟਰ ਨੇ ਇਹ ਚੀਜ਼ ਸੁਣਾਈ ਫੋਰਮ ਸੈਕਟਰੀ ਨੇ ਇਹ ਚੀਜ਼ ਸੁਣਾ ਦੀ ਇਸ ਲਈ ਇਹ ਥਾ ਪਰ ਅਗਰ ਇਸਕਾ ਐਨਾਲਿਸਿਸ ਕਰੋ ਫਿਰ ਐਨਾਲਿਸਿਸ ਆਪਣੀ ਮਰਜ਼ੀ ਕੇ ਮਿਨਟ ਕਰ ਦੇਂਗੇ ਤਾਂ ਕਿ ਵੀ ਆਫਿਸ ਕੇ ਰਿਕਾਰਡ ਮੈਂ ਮਿਨਟ ਕਰੋ ਐਨਾਲਿਸਿਸ ਇਹ ਹੋਗਾ ਕਿ ਇਹ ਇਨਡਾਇਰੈਕਟ ਥ੍ਰੈਟ ਹੈ ਅਗੇਂਸਟ ਡਿਪਲੋਮੈਟਿਕ ਵੋ ਹੈ ਡਿਪਲੋਮੈਟਿਕ ਲੈਵਲ ਮੈਂ ਇਸਕੋ ਥ੍ਰੈਟ ਕਹਤੇ ਹੈ ਇਹਨੇ ਇਹ ਕਿ ਮਸਲੇ ਵੀ ਚੀਜ਼ਾਂ ਵੋ ਦੇਖੇ ਮਿਨਟਸ ਤੋ ਫਿਰ ਮੇਰੇ ਹੱਥ ਮੇਂ ਹੈ ਨਾ ਵੋ ਤੋ ਜਿਸ ਤਰ੍ਹਾਂ ਵੋ ਕਰੇਂਗੇ ਤੋ ਵੀ ਵਿਲ ਡਰਾਫਟ ਮਿਨਟਸ ਤੋ ਕਿਸ ਕਿਸ ਕੋ ਬੁਲਾਏ ਇਸਮੇ ਸ਼ਾਹ ਮਹਿਮੂਦ ਆਪ ਮੈਂ ਔਰ ਸੋਏ ਬਸ ਠੀਕ ਕੱਲ ਕਰਤੇ ਤਾਂ ਕਿ ਉਹ ਚੀਜ਼ ਰਿਕਾਰਡ ਹੋ ਜਾਏ ਅਭੀ ਦੇਖੇ ਆਪ ਖੁਦ ਦੇਖਾਂਗੇ ਉਠੇਂਗੇ ਇਹ ਕੌਨ ਸੇ ਫੋਰ ਦਾ ਸਟੇਟ ਹੈ ਵੋ ਪੜ੍ਹ ਕੇ ਸੁਣਾਗੇ ਤੋ ਐਗਜੈਕਟ ਨੋਟ ਕਰੇਂਗੇ ਮੈਂ ਪਰਸਨ ਉਸ ਨੂੰ ਕਾਪੀ ਕਰ ਲੂੰਗਾ ਆਰਾਮ ਸੇ ਠੀਕ ਤੋ ਵੋ ਔਨ ਰਿਕਾਰਡ ਹੋ ਜਾਏਗੀ ਇਹ ਚੀਜ਼ ਨਹੀਂ ਔਰ ਫੋਰਮ ਸਭ ਜੋ ਸੁਣਾਏ ਤਾਂ ਕਿ ਵੋ ਨਾ ਹੋਵੇ ਤਾਂ ਪੋਲੀਟੀਕਲ ਵੋ ਚੱਲ ਰਿਹਾ ਤਾਂ ਕਿ ਬਿਊਰੋਕ੍ਰੈਟਿਕ ਲੈਵਲ ਤੋਂ ਇੱਕ ਚੀਜ਼ ਆਏ ਯੂ ਅੰਡਰਸਟੈਂਡ ਨਾਟ ਐਨੀਥਿੰਗ ਨਹੀਂ ਤੋ ਵੋ ਸਟੇਟਮੈਂਟ ਲਿਖਿਆ ਹੈ ਐਂਬੈਸਡਰ ਨੇ ਹਮਾਰੇ ਪਾਸ ਕਾਪੀ ਨਹੀਂ ਹੈ ਨਾ ਇਹ ਕਿਸ ਤਰ੍ਹਾਂ ਨੂੰ ਲਗਾ ਦਿਆ ਇਹ ਯਹਾਂ ਸੇ ਉਠੀ ਜਿਸ ਤੇ ਉਠੀ ਲੇਕਿਨ ਐਨੀ ਵੋ ਤੋ ਹੈ ਤੋ ਫੋਰਮ ਅੱਛਾ ਅੱਛਾ ਇਹ ਤੋ ਯੋ ਤੋ